स्वागत है जी थोड़ा साडे चैनल ते। इस वीडियो नू लाइक करो अते इस लाल रंग दे बटन ते क्लिक करके सब्सक्राइब करो साडे चैनल नू अते नाल दिते गए बेल आइकन नू भी जरूर दबाओ ताकि तुहानू लेटेस्ट वीडियोस दी नोटिफिकेशन सब तो पहला मिल सकन। सॉरी सर गलती हो गई। की सॉरी, तैनू पता ना नाले टाइम दा मैं किन्ना पक्का, नाले ये तेरा आखिरी मौका सी। सर बापू ज्यादा बीमार सी, ਉਹਨਾਂ ਨੂੰ ਦਵਾਈ ਦਵਾਉਣ ਗਿਆ ਹੋਇਆ ਸੀ ਤਾਂ ਜ਼ਿਆਦਾ ਲੇਟ ਹੋ ਗਿਆ ਜੀ। ਜੇ ਆਪਣੇ ਬਾਪੂ ਨੂੰ ਸ਼ਾਮ ਨੂੰ ਦਵਾਈ ਦਵਾ ਦਿੰਦਾ ਫਿਰ ਕਿਹੜਾ ਮਰ ਜਾਣਾ ਸੀ ਉਹਨੇ। ਤੂੰ ਆਪਣੇ ਅੱਧੇ ਮਹੀਨੇ ਤਨਖਾਹ ਲੈ ਤੇ ਲੰਘ ਇੱਥੋਂ। ਸਰ ਲਾਸਟ ਚਾਂਸ ਦੇ ਦਿਓ ਜੀ, ਮੈਨੂੰ ਬੜੀ ਮੁਸ਼ਕਿਲ ਨਾਲ ਜੋਬ ਮਿਲੀ ਸੀ ਤੁਹਾਡੇ ਕੋਲ। ਤੈਨੂੰ ਕਿਹਾ ਸੀ ਨਾ ਕਿ ਤੇਰਾ ਆਖਰੀ ਮੌਕਾ, ਹੁਣ ਤੂੰ ਆਪਣੇ ਬਾਪੂ ਕੋਲ ਹੀ ਕਰ ਜਾ ਕੇ ਨੌਕਰੀ। ਸਰ ਰਿਕੁਐਸਟ ਹੈ ਜੀ, ਮੈਂ ਸਰ ਜਮੀ ਰੁੜ ਜੂੰਗਾ ਜੇ ਤੁਸੀਂ ਮੈਨੂੰ ਜੋਬ ਤੋਂ ਕੱਢਤਾ ਜੀ। ਤੂੰ ਦਿਮਾਗ ਨਾ ਖਾ ਮੇਰਾ, ਲੰਘ ਟਾਈਮ ਨਾ ਖਰਾਬ ਕਰ ਮੇਰਾ। जे तू पटियाले भी गया फिर भी उत्थे प्राइवेट काम ही लभना। अपनी भारत सरकार ने इन्नी सहूलतां दईआं वी आपां नूं। ओह किवें पुत्त? अपने देश दे प्रधानमंत्री श्री नरेंद्र मोदी जी ने कई शहरां दे सूबियां च प्रधानमंत्री कुशल केंद्र खोले विया, नाले अपने पंजाब च दा पंज ने, इक दा अपने लवे पटियाले आ। भाई फिर एदा की फायदा आपां नूं? देखो फायदा आया, जिदा जेडे कम च रुझान आ ओही कम सीख सकदा, जिवें पलंबर दा कम, वेल्डिंग दा कम, मोबाइल रिपेयर दा कम, ए तो अलावा ब्यूटी पार्लर ते हेयर ड्रेसर दा भी कम सिखांदे ने। पर पुत्त कम सीखे दा की फायदा, गल तां सारी नौकरी दी आ। तूं टेंशन काहतों लैंदा ताया, 45 ਦਿਨਾਂ ਦਾ ਕੋਰਸ ਪੂਰਾ ਹੋਣ ਤੋਂ ਬਾਅਦ ਨੌਕਰੀ ਲਵਾਉਣੀ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਆ। ਇਹਦੀ ਪੜ੍ਹਾਈ ਤੇ ਤਾਂ ਪੁੱਤ ਪਹਿਲਾਂ ਹੀ ਇੰਨਾ ਖਰਚਾ ਹੋ ਗਿਆ, ਹੁਣ ਇਹਦੇ ਕੋਰਸ ਦੀ ਫੀਸ ਕਿਵੇਂ ਭਰੂੰਗਾ ਮੈਂ? ਉਹ ਲੈ ਤਾਂ ਇਹ ਫੀਸ ਕਿੱਥੇ, ਕਈ ਕੋਰਸ ਤਾਂ ਇਹੀ ਜਿਹੇ ਨੇ ਜਿਹੜੇ ਜਮੀ ਫਰੀ ਨੇ। ਇਹ ਤਾਂ ਪੁੱਤ ਬਹੁਤ ਵਧੀਆ ਸਹੂਲਤਾਂ, ਕੋਈ ਨਾ ਮੈਂ ਕੱਲ ਨੂੰ ਜਸ਼ਨ ਪੁੱਤ ਦਾ ਦਾਖਲਾ ਕਰਾ ਕੇ ਆਉਣਾ। ਚੱਲ ਚੰਗਾ ਬਾਈ, ਤੁਸੀਂ ਕਰਾਓ ਦਾਖਲੇ, ਮੈਂ ਚੱਲਦਾ। ਚੰਗਾ ਪੁੱਤ ਫਿਰ। Thank you.
ਸੱਚ ਮੈਚ ਦਾ ਕੀ ਬਣਿਆ ਤੇਰੇ ਅੱਜ? ਮੈਚ ਦਾ ਵਧੀਆ ਰਿਹਾ, ਤੈਨੂੰ ਕਿਵੇਂ ਪਤਾ ਨਾਲੇ ਮੇਰਾ ਮੈਚ ਸੀ ਅੱਜ? ਜਿੱਦਣ ਤੂੰ ਡਰੈਸ ਚਾਹੁੰਦਾ ਮੈਂ ਹੀ ਪਛਾਣ ਲੈਣਾ ਹੁੰਦਾ। ਮੈਂ ਹੋਰ ਕੀ ਕਰਦਾ ਯਾਰ ਅੱਜ ਕੱਲ, ਤੂੰ ਤਾਂ ਦਿਖਦਾ ਹੀ ਨੀ। ਆਈ ਐਮ ਪਰਸਿਊਇੰਗ ਪਲੰਬਰ ਜਰਨਲ ਕੋਰਸ ਫਰੋਮ ਪੀ ਐਮ ਕੇ ਪਟਿਆਲਾ। ਹੈ ਹੈ ਕੀ ਬੋਲੀ ਜਾਂਦਾ, ਅੱਗੇ ਤਾਂ ਕਦੇ ਜ਼ਿੰਦਗੀ ਚ ਨੀ ਅੰਗਰੇਜ਼ੀ ਬੋਲੀ ਦੀ। ਉਹ ਆਈ ਆ ਫਿਰ, ਜਿੱਥੇ ਮੈਂ ਆਈ ਟੀ ਆਈ ਕਰਦਾ ਨਾ, ਉਹ ਆਈ ਟੀ ਆਈ ਦੇ ਨਾਲ ਨਾਲ ਮੈਨੂੰ ਅੰਗਰੇਜ਼ੀ ਬੋਲਣਾ ਵੀ ਦੱਸਦੇ ਆ। ਇਹ ਚ ਆਪਣੇ ਬਾਰੇ ਇੰਟਰਵਿਊ ਦੀ ਤਿਆਰੀ ਬਹੁਤ ਕੁਛ ਸਿੱਖ ਗਿਆ ਹੁਣ ਤਾਂ ਮੈਂ। ਤੂੰ ਵੀ ਕਰਨ ਵਾਲੇ ਆਪਣੀ ਪੜ੍ਹਾਈ ਪੂਰੀ, ਫਿਰ ਤੈਨੂੰ ਵੀ ਮੈਂ ਲਵਾਉਂਗਾ ਉੱਥੇ। ਹਾਂ ਹਾਂ ਬਾਈ ਲੱਗੂਗਾ ਜ਼ਰੂਰ, ਤਾਂ ਹੀ ਤੇਰੇ ਵਰਗੀ ਇੰਗਲਿਸ਼ ਬੋਲੂਗਾ ਮੈਂ ਵੀ। ਹਾਂ ਨਾਲੇ ਯਾਰ ਇਹ ਤਾਂ ਹੈਗੀ ਵੀ ਨੇੜੇ ਆਪਣੇ, ਆਪਾਂ ਨੂੰ ਬਾਹਲੀ ਦੂਰ ਵੀ ਨੀ ਪੈਂਦੀ ਹੈਗੀ। ਹੈਗੀ ਕਿੱਥੇ ਕਹੇ ਯਾਰ? ਵਾਈ ਪੀ ਐਸ ਰੋਡ ਤੇ ਆ ਪਟਿਆਲੇ। ਉਹ ਮੈਨੂੰ ਹੱਥੀ ਕੰਮ ਸਿੱਖ ਗਿਆ ਬਾਪੂ, ਹੁਣ ਨੀ ਆਪਾਂ ਦੱਬਦੇ ਸਾਰੀ ਉਮਰ। ਚੱਲ ਸ਼ੁਕਰ ਆ ਮਾਲਕ ਦਾ। ਹੋਰ ਬਸ ਮੈਨੂੰ ਤਾਂ ਬਹੁਤ ਖੁਸ਼ੀ ਆ।